ਬਲਵਿੰਦਰ ਹੈ ਜੀ। ਬਲਵਿੰਦਰ ਜੀ ਕੀ ਘਟਨਾ ਜੀ ਸੱਪ ਤੁਹਾਡੀ ਜਿਹੜੀ ਥਾਂ ਜਿਹੜੀ ਕਿਹੜੀ ਹੈ? ਹਾਂਜੀ ਹਾਂ, ਅਸੀਂ ਦੇਖਿਆ ਨਹੀਂ ਜੀ, ਸਾਨੂੰ ਤਾਂ ਅਸੀਂ ਤਾਂ ਗੱਡੀ ਕੋਲੇ ਰਸ਼ ਦੇਖਿਆ ਤੇ ਅਸੀਂ ਉਧਰੋਂ ਆ ਰਹੇ ਸੀ, ਸਾਨੂੰ ਤਾਂ ਉਹਨਾਂ ਨੇ ਕਿਹਾ ਵੀ ਉਹ ਦੂਸਰੀ ਗੱਡੀ 'ਚ ਸੱਪ ਆਇਆ ਤੇ ਤੁਹਾਡੀ ਗੱਡੀ ਦੇ ਨੀਚੇ ਚਲਾ ਗਿਆ। ਤੇ ਅਸੀਂ ਸਵੇਰੇ ਬੁਲਾਏ ਸੀ, ਉਹ ਆਪਣੇ ਕੋਲੇ ਹੀ ਕਦੇ ਛੋਟਾ ਜਿਹਾ ਕੱਢਦਾ ਕਦੇ ਵੱਡਾ ਕੱਢਦਾ, ਮਤਲਬ ਜੋ ਚੀਜ਼ ਐਕਚੁਅਲ 'ਚ ਹੈਗੀ ਸੀ ਉਹ ਨਿਕਲੀ ਨਹੀਂ, ਉਹ ਸਾਨੂੰ ਮਿਲੀ ਨਹੀਂ ਹੈਗੀ ਜੋ ਐਕਚੁਅਲ ਦੇਖੀ ਸੀ। ਜਿਹੜੇ ਮੁੰਡੇ ਨੇ ਉਹ ਕਹਿੰਦਾ ਵੀ ਉਹ ਇਹ ਨਹੀਂ ਕੱਢ ਰਹੇ, ਇਹ ਆਪਣੇ ਕੋਲ ਡਰਾਮੇ ਕਰੀ ਜਾਂਦੇ। ਮੇਰੀ ਸਿਸਟਰ ਹੈ ਜੀ, ਮੇਰਾ ਬੱਚਾ ਹੈ ਤੇ ਮੇਰੀ ਬੇਟੀ ਹੈ। ਨਹੀਂ ਦੇਖਦੇ ਹਾਂ ਸਰ, ਹੁਣ ਜਾਂ ਤਾਂ ਮਹਿੰਦਰਾ 'ਚ ਗੱਲ ਕਰਦੇ ਹਾਂ ਵੀ ਇਹਦੇ ਅੰਦਰ ਜਾ ਸਕਦਾ ਕੋਈ ਚੀਜ਼, ਅੰਦਰ ਜਾ ਸਕਦੀ ਹੈ। ਜੇ ਉਹ ਕਹਿਣਗੇ ਵੀ ਨਹੀਂ ਜਾ ਸਕਦੀ ਫਿਰ ਤਾਂ ਗੱਡੀ ਲੈ ਜਾਵਾਂਗੇ ਅਸੀਂ, ਨਹੀਂ ਫਿਰ ਛੱਡ ਕੇ ਜਾਣੀ ਪੈਣੀ ਹੈ। ਕੋਈ ਸਕੈਨ ਕਰਾ ਕੇ ਦੇਖਦੇ ਹਾਂ ਗੱਡੀ ਕਿਸ ਤਰ੍ਹਾਂ ਕੀ ਹੈ। ਉਹ ਬਾਈ ਜੀ, ਅਸੀਂ ਆ ਕੇ ਗੱਡੀ ਪਾਰਕ ਕਰੀ ਸੀਗੀ ਇੱਥੇ, ਜਦ ਅਸੀਂ ਗੱਡੀ 'ਚ ਉਤਰੇ ਸਾਨੂੰ ਬਾਈ ਨੇ ਸਾਹਮਣੇ ਦੱਸਤਾ, ਕਹਿੰਦਾ ਬਾਈ ਜੀ ਤੁਹਾਡੀ ਗੱਡੀ ਥੱਲੇ ਸੱਪ ਆ। ਜਦ ਅਸੀਂ ਗੱਡੀ 'ਚੋਂ ਥੱਲੇ ਉਤਰਿਆ ਮੈਂ ਤੇ ਉਹ ਕਾਲੇ ਰੰਗ ਦਾ ਸੀਗਾ ਫਣ ਵਾਲਾ ਸੱਪ, ਤੇ ਹਾਂਜੀ ਹੈਗਾ ਸੀਗਾ ਕਰੀਬ 1.5 ਤੋਂ 2 ਫੁੱਟ ਦਾ। ਹਾਂਜੀ ਹਾਂਜੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਗਾਲੀ ਨੂੰ ਬੁਲਾ ਲਿਆ ਸੀਗਾ, ਉਹਨਾਂ ਨੇ ਆਪਣੇ ਕੋਲੋਂ ਆ ਕੇ ਕੋਈ ਹੋਰ ਸੱਪ ਦਿਖਾਤਾ। ਹਾਂ, ਦੋ ਸੱਪ ਦਿਖਾਤੇ ਇਹਨਾਂ ਨੇ, ਨਿਕਲਿਆ ਤਾਂ ਇੱਕ ਸੀਗਾ ਕਾਲੇ ਰੰਗ ਦਾ, ਉਹਨਾਂ ਨੇ ਆ ਕੇ ਦੋ ਦਿਖਾਤੇ। ਕਿਹੜੀ ਗੱਡੀ 'ਚ? ਮੇਰੇ ਕੋਲ ਵੀਰੇ ਲੈਂਸਰ ਗੱਡੀ ਆ, ਆ ਕੇ ਥਾਰ ਦੇ ਥੱਲੇ ਵੜ ਗਿਆ। ਉਹ ਤੋਂ ਬਾਅਦ ਹਲੇ ਤੱਕ ਪਤਾ ਨਹੀਂ ਲੱਗੇ, ਇਹਨਾਂ ਨੇ ਆ ਕੇ ਦੋ ਸੱਪ ਦਿਖਾਤੇ ਫੜ ਕੇ, ਉਹ ਸੱਪ ਤਾਂ ਇੱਕ ਸੀਗਾ ਕਾਲੇ ਰੰਗ ਦਾ, ਪਰ ਇਹਨਾਂ ਨੇ ਦੋ ਹੋਰੇ ਦਿਖਾਤੇ। ਹਾਂਜੀ ਹਾਂਜੀ, ਉਹ ਐਂ ਵੀਰੇ ਉਹਨਾਂ ਦੇ ਨਾਲ ਫੈਮਿਲੀ, ਉਹਨਾਂ ਦੇ 4-5 ਜਣੇ ਜੋ, ਕੋਈ ਨੁਕਸਾਨ ਨਾ ਹੋਈ। ਨਹੀਂ ਨਹੀਂ, ਉਹ ਗੱਡੀ ਇੱਥੇ ਛੱਡ ਕੇ ਜਾ ਰਹੇ ਨੇ। ਹਾਂਜੀ ਹਾਂਜੀ, ਉਹ ਗੱਡੀ ਹੋਰ ਲੈ ਕੇ ਆ ਰਹੇ ਨੇ। ਵਿਵੇਕ ਸ਼ਰਮਾ, ਇਹਦੇ ਲੈਂਸਰ ਗੱਡੀ ਦੇ ਵਿੱਚੋਂ ਸੱਪ ਨਿਕਲਿਆ ਤੇ ਉਸ ਤੋਂ ਬਾਅਦ ਥਾਰ ਗੱਡੀ 'ਚ ਵੜ ਗਿਆ। 3 ਫੁੱਟ ਦਾ ਸੱਪ ਸੀਗਾ, ਸੱਪ ਸੀਗਾ 1 ਤੇ ਉਹਨੇ ਕੱਢਤੇ 2, ਠੀਕ ਆ। ਇਸ ਕਰਕੇ ਅਸੀਂ ਉਹਨੂੰ ਫੈਮਿਲੀ ਨੂੰ ਜਾਣ ਨਹੀਂ ਦਿੱਤਾ ਹੈਗਾ ਵੀ ਉਹਦੇ ਵਿੱਚ ਉਹਦੇ ਬੱਚੇ ਬੈਠੇ ਨੇ ਤੇ ਮਤਲਬ ਪਰਿਵਾਰ ਆ, ਉਹ ਆਪਣੀ ਗੱਡੀ ਹਨੂਰੀ ਛੱਡ ਕੇ ਚੱਲੇ ਨੇ। ਅਸੀਂ ਉਹਨੂੰ ਕਿਹਾ ਵੀਰ ਨੂੰ ਵੀ ਤੂੰ ਜਾਣ ਆ ਵੀ ਤਾਂ ਕਰਕੇ ਵੀ ਤੇਰੀ ਫੈਮਿਲੀ ਆ। ਬਲਵਿੰਦਰ ਹੈ ਜੀ। ਬਲਵਿੰਦਰ ਜੀ ਕੀ ਘਟਨਾ ਜੀ ਸੱਪ ਤੁਹਾਡੀ ਜਿਹੜੀ ਥਾਂ ਜਿਹੜੀ? ਹਾਂਜੀ ਹਾਂ, ਅਸੀਂ ਦੇਖਿਆ ਨਹੀਂ ਜੀ, ਸਾਨੂੰ ਤਾਂ ਅਸੀਂ ਤਾਂ ਗੱਡੀ ਕੋਲੇ ਰਸ਼ ਦੇਖਿਆ ਤੇ ਅਸੀਂ ਉਧਰੋਂ ਆ ਰਹੇ ਸੀ, ਸਾਨੂੰ ਤਾਂ ਉਹਨਾਂ ਨੇ ਕਿਹਾ ਵੀ ਉਹ ਦੂਸਰੀ ਗੱਡੀ 'ਚੋਂ ਸੱਪ ਆਇਆ ਤੇ ਤੁਹਾਡੀ ਗੱਡੀ ਦੇ ਨੀਚੇ ਚਲਾ ਗਿਆ। ਤੇ ਅਸੀਂ ਸਵੇਰੇ ਬੁਲਾਏ ਸੀ, ਉਹ ਆਪਣੇ ਕੋਲੇ ਹੀ ਕਦੇ ਛੋਟਾ ਜਿਹਾ ਕੱਢਦਾ ਕਦੇ ਵੱਡਾ ਕੱਢਦਾ, ਮਤਲਬ ਜੋ ਚੀਜ਼ ਐਕਚੁਅਲ 'ਚ ਹੈਗੀ ਸੀ ਉਹ ਨਿਕਲੀ ਨਹੀਂ, ਉਹ ਸਾਨੂੰ ਮਿਲੀ ਨਹੀਂ ਹੈਗੀ ਜੋ ਐਕਚੁਅਲ ਦੇਖੀ ਸੀ। ਜਿਹੜੇ ਮੁੰਡੇ ਨੇ ਉਹ ਕਹਿੰਦਾ ਵੀ ਉਹ ਇਹ ਨਹੀਂ ਕੱਢ ਰਹੇ, ਇਹ ਆਪਣੇ ਕੋਲ ਡਰਾਮੇ ਕਰੀ ਜਾਂਦੇ। ਮੇਰੀ ਸਿਸਟਰ ਹੈ ਜੀ, ਮੇਰਾ ਬੱਚਾ ਹੈ ਤੇ ਮੇਰੀ ਬੇਟੀ ਹੈ। ਨਹੀਂ ਦੇਖਦੇ ਹਾਂ ਸਰ, ਹੁਣ ਜਾਂ ਤਾਂ ਮਹਿੰਦਰਾ 'ਚ ਗੱਲ ਕਰਦੇ ਹਾਂ ਵੀ ਇਹਦੇ ਅੰਦਰ ਜਾ ਸਕਦਾ ਕੋਈ ਚੀਜ਼, ਅੰਦਰ ਜਾ ਸਕਦੀ ਹੈ। ਜੇ ਉਹ ਕਹਿਣਗੇ ਵੀ ਨਹੀਂ ਜਾ ਸਕਦੀ ਫਿਰ ਤਾਂ ਗੱਡੀ ਲੈ ਜਾਵਾਂਗੇ ਅਸੀਂ, ਨਹੀਂ ਫਿਰ ਛੱਡ ਕੇ ਜਾਣੀ ਪੈਣੀ ਹੈ। ਕੋਈ ਸਕੈਨ ਕਰਾ ਕੇ ਦੇਖਦੇ ਹਾਂ ਗੱਡੀ ਕਿਸ ਤਰ੍ਹਾਂ ਕੀ ਹੈ। ਉਹ ਬਾਈ ਜੀ, ਅਸੀਂ ਆ ਕੇ ਗੱਡੀ ਪਾਰਕ ਕਰੀ ਸੀਗੀ ਇੱਥੇ, ਜਦ ਅਸੀਂ ਗੱਡੀ 'ਚ ਉਤਰੇ ਸਾਨੂੰ ਬਾਈ ਨੇ ਸਾਹਮਣੇ ਦੱਸਤਾ, ਕਹਿੰਦਾ ਬਾਈ ਜੀ ਤੁਹਾਡੀ ਗੱਡੀ ਥੱਲੇ ਸੱਪ ਆ। ਜਦ ਅਸੀਂ ਗੱਡੀ 'ਚੋਂ ਥੱਲੇ ਉਤਰਿਆ ਮੈਂ ਤੇ ਉਹ ਕਾਲੇ ਰੰਗ ਦਾ ਸੀਗਾ ਫਣ ਵਾਲਾ ਸੱਪ, ਤੇ ਹਾਂਜੀ ਹੈਗਾ ਸੀਗਾ ਕਰੀਬ 1.5 ਤੋਂ 2 ਫੁੱਟ ਦਾ। ਹਾਂਜੀ ਹਾਂਜੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਗਾਲੀ ਨੂੰ ਬੁਲਾ ਲਿਆ ਸੀਗਾ, ਉਹਨਾਂ ਨੇ ਆਪਣੇ ਕੋਲੋਂ ਆ ਕੇ ਕੋਈ ਹੋਰ ਸੱਪ ਦਿਖਾਤਾ। ਹਾਂ, ਦੋ ਸੱਪ ਦਿਖਾਤੇ ਇਹਨਾਂ ਨੇ, ਨਿਕਲਿਆ ਤਾਂ ਇੱਕ ਸੀਗਾ ਕਾਲੇ ਰੰਗ ਦਾ, ਉਹਨਾਂ ਨੇ ਆ ਕੇ ਦੋ ਦਿਖਾਤੇ। ਕਿਹੜੀ ਗੱਡੀ 'ਚ? ਮੇਰੇ ਕੋਲ ਵੀਰੇ ਲੈਂਸਰ ਗੱਡੀ ਆ, ਆ ਕੇ ਥਾਰ ਦੇ ਥੱਲੇ ਵੜ ਗਿਆ। ਉਹ ਤੋਂ ਬਾਅਦ ਹਲੇ ਤੱਕ ਪਤਾ ਨਹੀਂ ਲੱਗੇ, ਇਹਨਾਂ ਨੇ ਆ ਕੇ ਦੋ ਸੱਪ ਦਿਖਾਤੇ ਫੜ ਕੇ, ਉਹ ਸੱਪ ਤਾਂ ਇੱਕ ਸੀਗਾ ਕਾਲੇ ਰੰਗ ਦਾ, ਪਰ ਇਹਨਾਂ ਨੇ ਦੋ ਹੋਰੇ ਦਿਖਾਤੇ। ਹਾਂਜੀ ਹਾਂਜੀ, ਉਹ ਐਂ ਵੀਰੇ ਉਹਨਾਂ ਦੇ ਨਾਲ ਫੈਮਿਲੀ, ਉਹਨਾਂ ਦੇ 4-5 ਜਣੇ ਜੋ, ਕੋਈ ਨੁਕਸਾਨ ਨਾ ਹੋਈ। ਨਹੀਂ ਨਹੀਂ, ਉਹ ਗੱਡੀ ਇੱਥੇ ਛੱਡ ਕੇ ਜਾ ਰਹੇ ਨੇ। ਹਾਂਜੀ ਹਾਂਜੀ, ਉਹ ਗੱਡੀ ਹੋਰ ਲੈ ਕੇ ਆ ਰਹੇ ਨੇ। ਵਿਵੇਕ ਸ਼ਰਮਾ, ਇਹਦੇ ਲੈਂਸਰ ਗੱਡੀ ਦੇ ਵਿੱਚੋਂ ਸੱਪ ਨਿਕਲਿਆ ਤੇ ਉਸ ਤੋਂ ਬਾਅਦ ਥਾਰ ਗੱਡੀ 'ਚ ਵੜ ਗਿਆ। 3 ਫੁੱਟ ਦਾ ਸੱਪ ਸੀਗਾ, ਸੱਪ ਸੀਗਾ 1 ਤੇ ਉਹਨੇ ਕੱਢਤੇ 2, ਠੀਕ ਆ। ਇਸ ਕਰਕੇ ਅਸੀਂ ਉਹਨੂੰ ਫੈਮਿਲੀ ਨੂੰ ਜਾਣ ਨਹੀਂ ਦਿੱਤਾ ਹੈਗਾ ਵੀ ਉਹਦੇ ਵਿੱਚ ਉਹਦੇ ਬੱਚੇ ਬੈਠੇ ਨੇ
तो मतलब परिवार आ वो अपनी गड्डी नूरी छड़ के चले ने। असीं उन्हूं कहा वीर नूं भी तू जा ना भी तां करके भी तेरी फैमिली आ।